ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਦਿਆਲ ਸਿੰਘ ਕੰਬੋਜ ਵੱਲੋਂ ਸਰਬਜੀਤ ਸਿੰਘ ਸੁੱਖੇਵਾਲ ਨੂੰ ਜ਼ਿਲ੍ਹੇ ਦਾ ਦਿਹਾਤੀ ਮੀਤ ਪ੍ਰਧਾਨ ਬਣਾਇਆ ਗਿਆ। ਨਵੇਂ ਬਣੇ ਮੀਤ ਪ੍ਰਧਾਨ ਸਰਬਜੀਤ ਨੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੋਂ ਆਸ਼ੀਰਵਾਦ ਅਤੇ ਨਿਯੁਕਤੀ ਪੱਤਰ ਲਿਆ। ਜੀ ਨੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਇਹਨਾਂ ਨੂੰ ਲਾਇਆ ਵਾਈਸ ਪ੍ਰਧਾਨ ਦਿਹਾਤੀ ਕਾਂਗਰਸ ਕਮੇਟੀ ਦਾ ਸਰਬਜੀਤ ਸਿੰਘ ਪੁੱਤਰ ਹੁਸ਼ਿਆਰ ਸਿੰਘ ਜੀ ਪਿੰਡ ਸੁੱਖੇਵਾਲ ਤੋਂ। ਮੈਂ ਆਪਣੇ ਵੱਲੋਂ ਦਿਲ ਦੀਆਂ ਗਹਿਰਾਈਆਂ 'ਚ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਕਾਮਨਾ ਵੀ ਕਰਦਾ ਕਿ ਤਕੜੇ ਹੋ ਕੇ ਪਾਰਟੀ ਲਈ ਕੰਮ ਕਰਨਗੇ। ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਸਰਬਜੀਤ ਸਿੰਘ ਜੀ ਸੁੱਖੇਵਾਲ ਸਾਹਿਬ ਜਿਹੜੇ ਸਾਡੇ ਨਗਰ ਦੇ ਸਰਪੰਚ ਨੇ ਔਰ ਸਾਡੇ ਉੱਧਰਲੇ ਕਈ ਪਿੰਡਾਂ ਦੀ ਨੁਮਾਇੰਦਗੀ ਕਰਦੇ ਨੇ, ਮੋਢੇ ਨਾਲ ਮੋਢਾ ਲਾ ਕੇ ਅੱਜ ਦੇ ਨਹੀਂ ਸ਼ੁਰੂ ਤੋਂ ਇਹਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਨਾਲ ਦਿਹਾਤੀ ਪ੍ਰਧਾਨ ਸਾਡੇ ਬਲਵਿੰਦਰ ਬਿੱਟੂ ਜੀ ਖੜ੍ਹੇ ਨੇ, ਸਾਰੇ ਸਾਥੀ ਖੜ੍ਹੇ ਨੇ, ਇਹਨਾਂ ਨੂੰ ਮੰਤਰੀ ਸਾਹਿਬ ਨੇ ਸਿਫਾਰਸ਼ ਕਰਕੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਹਰਦਿਆਲ ਕੰਬੋਜ ਜੀ, MLA ਸਾਹਿਬ ਰਾਜਪੁਰਾ ਔਰ ਮੰਤਰੀ ਸਾਹਿਬ ਦੀ ਅਗਵਾਹੀ ਦੇ ਵਿੱਚ ਅੱਜ ਇਹਨਾਂ ਨੂੰ ਲੈਟਰ ਜਿਹੜਾ ਜ਼ਿਲ੍ਹਾ ਜੋ ਸਰਬਜੀਤ ਸਰਪੰਚ ਸੁੱਖੇਵਾਲ ਮੇਰਾ ਵੱਡਾ ਭਾਈ ਬਹੁਤ ਬਹੁਤ ਜਿਹੜਾ ਮੰਤਰੀ ਜੀ ਨੇ ਇਹਨਾਂ ਨੂੰ ਮੰਗ ਪੱਤਰ ਦਿੱਤਾ, ਇਹਨਾਂ ਦੇ ਅਸੀਂ ਬਹੁਤ ਧੰਨਵਾਦੀ ਹਾਂ। ਪਾਰਟੀ ਦੀ ਸੇਵਾ ਕਰਦੇ ਨੇ ਔਰ ਕਰਦੇ ਰਹਿਣਗੇ, ਇਹਨਾਂ ਦੇ ਨਾਲ ਹਾਂ ਹਰ ਵਕਤ। ਅਸੀਂ ਧੰਨਵਾਦੀ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਮਾਣਯੋਗ ਸਰਦਾਰ ਸਾਧੂ ਸਿੰਘ ਜੀ ਧਰਮਸੋਤ ਕੈਬਨਿਟ ਮੰਤਰੀ ਪੰਜਾਬ, ਜਿਨ੍ਹਾਂ ਨੇ ਹਲਕੇ ਦੇ ਵਿੱਚੋਂ ਇੱਕ ਮੈਂ ਤਾਂ ਕਹੂੰਗਾ ਹੀਰਾ ਚੁਣ ਕੇ ਪਾਰਟੀ ਨੂੰ ਦਿੱਤਾ, ਜਿਹੜਾ ਕਿ ਪਾਰਟੀ ਦੀ ਪਹਿਲਾਂ ਵੀ ਬੜੀ ਅਣਥੱਕ ਨਿਸਵਾਰਥ ਸੇਵਾ ਕਰਦਾ ਸੀ। ਅਸੀਂ ਸਾਨੂੰ ਹੁਣ ਵੀ ਪੂਰਨ ਆਸ ਹੈ ਕਿ ਅੱਗੇ ਨੂੰ ਵੀ ਪਾਰਟੀ ਪ੍ਰਤੀ ਇਹ ਬਹੁਤ ਵਧੀਆ ਸੇਵਾਵਾਂ ਦਊਗਾ। ਇਹਦਾ ਰਿਜ਼ਲਟ ਤੁਹਾਨੂੰ ਆਉਣ ਵਾਲੀ 2019 'ਚ ਪਤਾ ਲੱਗੇਗਾ ਵੀ ਸਰਬਜੀਤ ਸੁੱਖੇਵਾਲ ਦਾ ਇਲਾਕੇ ਦੇ ਵਿੱਚੋਂ ਕਿਵੇਂ ਲੀਡ ਹੁੰਦੀ ਹੈ।